ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਕੀ ਹਾਲ ਚਾਲ ਨੇ ਸਾਰੇ ਠੀਕ ਠਾਕ ਹੋਗੇ ਅੱਜ ਮੈਂ ਇੱਕ ਜਿਹੜੀ ਵੀਡੀਓ ਦੇ ਉੱਤੇ ਰਿਐਕਸ਼ਨ ਲੈ ਕੇ ਆਇਆ ਵਾਂ ਅੱਜ ਆਪਾਂ ਜਿਹੜੀ ਰਿਐਕਸ਼ਨ ਵੀਡੀਓ ਲੈ ਕੇ ਆਏ ਆ ਉਹ ਕੋਈ ਸੌਂਗ ਦੇ ਉੱਤੇ ਰਿਐਕਸ਼ਨ ਨਹੀਂ ਆ ਕਿਉਂਕਿ ਮੇਰਾ ਕੱਲ ਦਾ ਜੀ ਨਹੀਂ ਕਰਨ ਦੇ ਪਤਾ ਨਹੀਂ ਕਿਉਂ ਜਦੋਂ ਦਾ ਵੀਰਦੀਪ ਸਿੱਧੂ ਬਾਰੇ ਸੁਣ ਲਿਆ ਵਾ ਡੈਥ ਹੋ ਗਈ ਉਸ ਤੋਂ ਬਾਅਦ ਮੇਰਾ ਜੀ ਨਹੀਂ ਕੀਤਾ ਮੈਂ ਕਿਸੇ ਸੌਂਗ ਦੇ ਉੱਤੇ ਰਿਐਕਸ਼ਨ ਦਵਾਂ ਹਾਲੇ ਵੀ ਨਾ ਮਤਲਬ ਮੇਰਾ ਮਨ ਆ ਲੱਗਦਾ ਯਾਰ ਝੂਠੀ ਖਬਰ ਆ ਸੰਸਕਾਰ ਹੋ ਗਿਆ ਉਹਨਾਂ ਦਾ ਸਭ ਕੁਝ ਹੋ ਗਿਆ ਮੈਨੂੰ ਲੱਗਦਾ ਝੂਠੀ ਖਬਰ ਆ ਤੇ ਮੈਂ ਇੱਕ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਇਆ ਬੜੀ ਕਿੰਦੇ ਦਰ ਮਤਲਬ ਦਿਲ ਨੂੰ ਭਾਵਕ ਕਰਨ ਵਾਲੀ ਇੰਟਰਵਿਊ ਆ ਉਹ ਆਪਾਂ ਅੱਜ ਦੇਖਦੇ ਆ ਇਹ ਇੰਟਰਵਿਊ ਆ ਸਿਮਰਨਜੀਤ ਸਿੰਘ ਮਾਨ ਦੀ ਤੇ ਇਹਨਾਂ ਨੇ ਬਹੁਤ ਸੋਣਾ ਜਗਦੀਪ ਵੀਰੇ ਨੇ ਇੰਟਰਵਿਊ ਲਈ ਆ ਤੇ ਬੜੀ ਵਧੀਆ ਗੱਲ ਇਹ ਕਿ ਕਹਿੰਦੇ ਸਿਮਰਨਜੀਤ ਸਿੰਘ ਮਾਨ ਦੀ ਇੰਟਰਵਿਊ ਦੇਖ ਕੇ ਸ਼ਾਇਦ ਸਿੱਖਾਂ ਨੂੰ ਸਮਝ ਆ ਜਾਵੇ ਤੇ ਚਲੋ ਦੇਖਦੇ ਆ ਕੀ ਗੱਲਬਾਤ ਕਰਦੀ ਹੈ ਅੱਜ ਸਿਮਰਨਜੀਤ ਸਿੰਘ ਮਾਨ ਜੀ ਤੇ ਬਾਕੀ ਗੱਲਾਂ ਆਪਾਂ ਨਾਲ ਨਾਲ ਆਪਣੀਆਂ ਵੀ ਕਰਾਂਗੇ ਤੇ ਪਹਿਲਾਂ ਵੀਡੀਓ ਦੇਖਦੇ ਆਂ ਤੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖ ਲੈ। ਚਲੋ ਚੱਲਦੇ ਆਂ ਵੀਡੀਓ ਵੱਲੇ। ਐਸ ਵੇਲੇ ਅਸੀਂ ਵਿਧਾਨ ਸਭਾ ਹਲਕਾ ਅਮਰਗੜ ਵਿਖੇ ਖੜੇ ਆਂ। ਮਾਫ ਕਰਿਓ ਬੈਠੇ ਆਂ ਜੀ। ਤੇ ਮੇਰੇ ਨਾਲ ਨੇ ਸ਼ੋਮਨੀ ਅਕਾਲੀ ਦਲ ਅਮਰitsar ਦੇ ਪ੍ਰਧਾਨ ਤੇ ਐਸੇ ਹਲਕੇ ਤੋਂ ਉਮੀਦਵਾਰ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਮਾਨ ਸਾਹਿਬ ਨਾਲ ਗੱਲਬਾਤ ਕਰਦੇ ਆ ਪਹਿਲਾ ਫਤਰੀ ਸਾਜ ਪਉਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਕਿਵੇਂ ਚੱਲ ਰਿਹਾ ਪ੍ਰਚਾਰ ਜੀ ਇਹ ਤੁਹਾਨੂੰ ਜਿਆਦਾ ਪਤਾ ਤੁਸੀਂ ਬੜੇ ਐਕਸਪੀਰੀਅੰਸ ਜਰਨਲਿਸਟ ਹੋ ਤੁਸੀਂ ਲੋਕਾਂ ਨੂੰ ਦੱਸੋ ਜਾਕੀ ਕਿਵੇਂ ਚੱਲ ਰਿਹਾ ਅਸੀਂ ਦੇਖਿਆ ਜੀ ਬਹੁਤ ਨੌਜਵਾਨ ਤਾਂ ਭੱਜ ਭੱਜ ਕੇ ਫੋਟੋਆਂ ਕਰਾ ਰਿਹਾ ਜੀ ਸਾਨੂੰ ਵੀ 10 ਮਿੰਟ ਇੱਥੇ ਖੜਨਾ ਪੈ ਗਿਆ ਜੀ ਅੱਜ ਤੇ ਫੇਰ ਜਦੋਂ ਰਿਜ਼ਲਟ ਨਿਕਲੂਗਾ ਉਦੋਂ ਅਸੀਂ ਦੱਸ ਸਕਾਂਗੇ ਕਿਉਂ ਕਰਕੇ ਮੈਨੂੰ ਲੋਕ ਵੋਟ ਨਹੀਂ ਪਾਉਂਦੇ ਹੈਗੇ ਆ ਚੀਜ਼ ਸੱਚੀ ਯਾਰ ਸੱਚੀ ਗੱਲ ਕਹਿੰਦਾ ਆ ਚੀਜ਼ ਨੇ ਮੇਰਾ ਨਾ ਇਥੇ ਦਿਲ ਜੱਜ ਆਂਵਾਸਿਆ ਪੈ ਗਈਆਂ ਗਿਨੀਆਂ ਗਈਆਂ 10 ਤਰੀਕ ਨੂੰ ਉਹ ਤਾਂ ਮੈਂ ਦੱਸੂਗਾ ਕੀ ਹਾਲ ਹੈ ਮਾਨ ਸਾਹਿਬ ਪਹਿਲੀ ਵਾਰ ਮੈਂ ਇਹ ਲੀਡਰ ਐਸਾ ਦੇਖਿਆ ਲੀਡਰਨ ਵੋਟਾਂ ਤਾਂ ਪੈਂਦੀਆਂ ਨਹੀਂ ਪਰ ਉਹ ਕਹਿੰਦੇ ਜੀ ਸਰਕਾਰ ਸਾਡੀ ਉਹ ਦਾਅਵੇ ਹਰੇਕ ਕਰੀ ਜਾਂਦੇ ਆ ਪਰ ਤੁਸੀਂ ਪਹਿਲੇ ਲੀਡਰ ਦੇਖੇ ਜਿਹੜੇ ਇਹ ਕਹਿ ਰਹੇ ਹੋ ਵੀ ਲੋਕ ਮੈਨੂੰ ਵੋਟ ਨਹੀਂ ਪਾਉਂਦੇ ਉਹਦਾ ਕਾਰਨ ਕੀ ਹੈ ਜੀ ਉਹਦਾ ਕਾਰਨ ਹੈ ਕਿ ਮੈਂ ਸਿੱਖ ਹਾਂ ਤੇ ਮੈਂ ਸਿੱਖਾਂ ਦੇ ਲਈ ਆਜ਼ਾਦੀ ਮੰਗ ਰਹੇ ਹਾਂ ਇਸ ਕਰਕੇ ਮੇਰੇ ਨਾਲ ਨਰਾਜ਼ ਰਹਿੰਦੇ ਆ ਬਾਕੀ ਪਾਰਟੀਆਂ ਦੇ ਵਿੱਚ ਵੀ ਸਿੱਖ ਦੱਸਦੇ ਉਹ ਦਾਅ ਯਾਰ ਵਾ ਕਰਦਨੇ ਜੋ ਕਹਿੰਦੇ ਅਸੀਂ ਵੀ ਸਿੱਖ ਆ ਸ਼ੋਮਣੀ ਅਕਾਲੀ ਦਲ ਤਾਂ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਖਵਾਈ ਜਾਂਦੀ ਹੈ ਜੀ ਉਹ ਤੁਸੀਂ ਅੰਮ੍ਰਿਤਸਰ ਉਹ ਕਹਿੰਦੇ ਜੀ ਪਰਪੰਥ ਦੀ ਪਾਰਟੀ ਸ਼ੋਮਣੀ ਅਕਾਲੀ ਦਲ ਹੈ ਜੀ ਪਰ ਉਹ ਭਾਜਪਾ ਦੇ ਨਾਲ ਚੱਲਦੇ ਐ ਦੇਖੋ ਉਹਨਾਂ ਨੇ ਕਿਹਾ ਸੀ ਕਿ ਅਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਲੈ ਕੇ ਦਵਾਂਗੇ ਬਾਦਲਦਰੀਆਂ ਨੇ ਤੇ ਜਦੋਂ ਕਸ਼ਮੀਰ ਦੀ ਖੁਦਮਖਤਿਆਰੀ ਤੋੜੀ ਐ ਭਾਜਪਾ ਆਰਐਸਐਸ ਨੇ ਬਾਦਲਦਰੀਆਂ ਦੇ ਸਾਰੇ ਐਮਪੀ ਚ ਨੇ ਵੋਟਾਂ ਖੁਦਮਖਤਿਆਰੀ ਤੋੜਨ ਦੇ ਹੱਕ ਦੇ ਵਿੱਚ ਪਾਈਆਂ ਕਸ਼ਮੀਰ ਦੀਆਂ ਤੇ ਫੇਰ ਉਹ ਕਦੇ ਇਕੱਲੇ ਜਿਹੜਾ 7 ਸਾਲ ਤੋਂ ਅਣਖਣ ਹੀ ਕਰਾਰੇ ਐ ਐਸਪੀਸੀਡੀ ਮਹੰਤ ਤੇ ਮਸੰਦ ਬਣ ਕੇ ਬੈਠੇ ਹੋਏ ਐ ਤੇ ਬਰਗਾੜੀ ਦੇ ਵਿੱਚ ਮਹਾਰਾਜ ਸੱਤੇ ਪਾਤਸ਼ਾਹ ਦੀ ਵਿਅਦਵਿਕ ਰਹੀ ਹੈ 328 ਰੂਪ ਮਹਾਰਾਜ ਦੇ ਵੇਚ ਤੇ ਹੈ ਕੀ ਕੀਤਾ ਤੇ ਜਿਹੜੀ ਡਿਊਟੀ ਹੈ ਤਰਨਤਨ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਉਹ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਕਬਰ ਨੋਨਿਹਾਲ ਸਿੰਘ ਨੇ ਸਾਰੀ ਸੀ ਉਹ ਵੀ ਐਸਟੀਪੀਸੀ ਨੇ ਦਸਕਤ ਕਰਕੇ ਬਾਬਾ ਕੋਣ ਜਗਜੀਤ ਸਿੰਘ ਉੱਥੇ ਕਿਹਾ ਸੇਵਾ ਦੇ ਬਾਬਾ ਜੀ ਤੋਂ ਉਹ ਤੜਵਾਤੀ ਹੁਣ ਉਹ 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 ਹੁਣ ਅਕਾਲੀ ਹੈ ਕੀ ਇਹ ਤਾਂ ਤੁਸੀਂ ਦੱਸੋ ਕਹਿੰਦੇ ਹੈ ਅਕਾਲੀ ਪਰ ਜਿਹੜੀਆਂ ਗੱਲਾਂ ਮੈਂ ਕੀਤੀ ਹੈ ਤੇ ਬਲੂ ਸਟਾਰ ਮਾਡਲ ਨੇ ਸੋਚਿਆ ਅਦਰ ਗੰਦੀ ਤੋਂ ਜਾ ਕੇ ਕਿ ਸੋ ਹਮੇਸ਼ਾ ਹੀ ਬਲੂ ਸਟਾਰ ਤੇ ਹਮੇਸ਼ਾ ਹੀ ਕਾਂਗਰਸ ਵਗੈਰਾ ਨੂੰ ਘੇਰਦੇ ਆ ਜੀ ਕਾਂਗਰਸ ਨਾਲ ਮਿਲ ਕੇ ਵੀ ਟਕਰਾਇਆ ਹੁਣ ਬੀਜੇਪੀ ਨਾਲ ਨਹੀਂ ਮਿਲੇ ਹੋਏ ਜਿਹੜੀ ਵੋਟ ਪਾਈ ਹੈ ਕਸ਼ਮੀਰ ਦੇ ਉੱਤੇ ਤੇ ਕਿਸਾਨਾਂ ਦੇ ਖਿਲਾਫ ਪਾਤੀ ਇਹ ਤਿੰਨ ਕਾਨੂੰਨਾਂ ਦੇ ਉੱਤੇ ਕਾਲਿਆਂ ਤੇ ਫਿਰ ਇਹਨਾਂ ਨੇ ਬੀਜੇਪੀ ਦੇ ਨਾਲ ਰਲ ਕੇ ਜਿਹੜੇ ਕਾਨੂੰਨ ਬੀਜੇਪੀ ਆਰਐਸਐਸ ਨੇ ਬਣਾਏ ਹੈ ਬਾਦਲਦਲ ਦੀ ਵੋਟ ਉਹਨਾਂ ਦੇ ਹੱਕ ਚ ਗਈ ਹੈ ਇਹ ਹੱਕ ਚ ਗਈ ਹੈ ਜੀ ਜੇ ਤੁਸੀਂ ਕਹਿੰਦੇ ਹੋ ਇੰਨੀਆਂ ਚੀਜ਼ਾਂ ਦੱਸ ਦਿਓ ਫਿਰ ਬਾਕੀ ਜਥੇਬੰਦੀਆਂ ਤੁਹਾਡੇ ਨਾਲ ਕਿਉਂ ਨਹੀਂ ਸੰਤ ਸਮਾਜ ਦਾ ਅੱਜ ਵੀ ਧੁੰਮਾ ਸਾਹਿਬ ਨੇ ਤਾਂ ਬਿਆਨ ਦੇ ਛੱਡਿਆ ਜੀ ਉਹ ਕਹਿੰਦੇ ਜੀ ਸ਼ੋਮਣੀ ਅਕਾਲੀ ਦਲ ਤੇ ਬਸਪਾ ਨੂੰ ਕਰੋ ਸਪੋਰਟ ਰੱਜ ਕੇ ਹਾਂ ਤੁਸੀਂ ਵੀ ਕਰਿਆ ਕਰੋ ਇਹ ਬਾਬਾ ਜੀ ਧੁੰਮਾ ਹੈਗੇ ਐ ਸੰਤ ਸਮਾਜ ਹੈ ਜਿਹੜੇ ਲੋਕਾਂ ਨੇ ਬੇਅਦਬੀ ਕੀਤੀ ਹੈ 328 ਰੂਪ ਮਹਾਰਾਜ ਦੇ ਵੇਚਦੇ ਐ ਘੁਮ ਕਰਤੇ ਐ ਤੇ ਤੁਸੀਂ ਵੀ ਉਹ ਬਦਲਦਲੀਆ ਨਾਲ ਧੰਮਾ ਸਾਹਿਬ ਨਾਲ ਚੱਲਿਆ ਕਰੋ ਮੇਰੇ ਕੋਲੇ ਕੀ ਕਰਨਾ ਹੈ ਮੈਂ ਮੇਰੇ ਨਾਲ ਤਾਂ ਬੰਦਾ ਦਿਲ ਦਾ ਸੱਚਾ ਯਾਰ ਹੈ ਮੈਂ ਤਾਂ ਕਦੇ ਜਿੱਤਦਾ ਨਹੀਂ ਹਾਂ ਇਹ ਰੱਬਾ ਇਹ ਗੱਲਾਂ ਤਾਂ ਨਹੀਂ ਮਾਨ ਸਾਹਿਬ ਜਿਵੇਂ ਤੁਸੀਂ ਨਿਰਪੱਖ ਹੋ ਕੇ ਗੱਲ ਕਰ ਦਿੰਦੇ ਹੋ ਪਰ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਰਾਜਨੀਤੀ ਨਹੀਂ ਦਿਸਦੀ ਬਹੁਤ ਲੋਕ ਕਹਿੰਦੇ ਨੇ ਵੀ ਛੇਵੇਂ ਪਾਸ਼ਾ ਨੇ ਮੇਰੀ ਪੀਰੀ ਦਾ ਸਿਧਾਂਤ ਦਿੱਤਾ ਮਾਨ ਸਾਹਿਬ ਡਾਇਰੈਕਟ ਚੱਲਦੇ ਆ ਉਹ ਕਹਿੰਦੇ ਵੀ ਸ਼ਾਇਦ ਚਾਰ ਦਿਹਾਕੇ ਹੋ ਗਏ 40 ਸਾਲ ਤੋਂ ਉੱਤੇ ਦਾ ਸਮਾਂ ਤੁਹਾਨੂੰ ਹੋ ਗਿਆ ਜੀ ਵੀ ਸ਼ਾਇਦ ਇਸੇ ਕਰਕੇ ਜੀ ਤੁਹਾਨੂੰ ਲੋਕ ਵੋਟ ਨਹੀਂ ਕਰਦੇ ਹਾਂ ਇਹਦਾ ਮਤਲਬ ਹੈ ਮੈਂ ਭਾਜਪਾ ਨਾਲ ਰਲ ਜਾ ਜਾਂ ਕਾਂਗਰਸ ਨਾਲ ਰਲ ਜਾ ਜਾਂ ਆਮ ਆਦਮੀ ਪਾਰਟੀ ਦਾ ਤੁਹਾਡਾ ਮਤਲਬ ਹੈ कि मैं सिख के नाल गल बात के उन्हें नाल चलना यही राजनीति तो मतलब नहीं आती चंद्रगुप्त क्या तुम्हें पता है कि मनुष्य की सबसे बड़ी दुर्बलता क्या होती है क्या आचार्य मनुष्य की ਮੈਂ ਨਹੀਂ ਕਹਿੰਦਾ ਜੀ ਲੋਕਾਂ ਦੀ ਗੱਲ ਕਰਦਾ ਮੈਂ ਲੋਕ ਉਹਨਾਂ ਦੇ ਨਾਂ ਲਾ ਦੋ ਤੁਸੀਂ ਪਰ ਕਹਿੰਦੇ ਤਾਂ ਤੁਸੀਂ ਉਹਨਾਂ ਦੀ ਨੁਮਾਇੰਦਗੀ ਕਰਦੇ ਹੋ ਇੰਨਾ ਕੁਝ ਲੋਕਾਂ ਦਾ ਤੁਹਾਨੂੰ ਪਤਾ ਹੈ ਤੇ ਫਿਰ ਤੁਸੀਂ ਟੂ ਨਹੀਂ ਦੱਸਦੇ ਸਰ ਜਦੋਂ ਮੈਂ ਸ਼ੋਮਣੀ ਅਕਾਲੀ ਦਲ ਨਾਲ ਬੈਠਣਾ ਜਾਂ ਭਾਜਪੀ ਨਾਲ ਜਾਂ ਹੋਰ ਪਾਰਟੀਆਂ ਨਾਲ ਬੈਠਣਾ ਮੈਂ ਨੁਮਾਇੰਦਗੀ ਤੁਹਾਡੀ ਕਰਨੀ ਹੈ ਜਦੋਂ ਪੱਤਰਕਾਰ ਦਾ ਤਾਂ ਫਰਜ਼ ਆ ਜੀ ਜਿਹੜੇ ਬੰਦੇ ਨੇ ਸਵਾਲ ਖੜੇ ਕਰਦੇ ਨੇ ਜਿਹੜੇ ਲੋਕ ਜਿਹੜਾ ਜਵਾਬ ਦਿੰਦਾ ਉਹਦਾ ਵੀ ਫਰਜ਼ ਬਣਦਾ ਹੈ ਫ੍ਰੀडम ਹੈ ਕਿ ਮੈਂ ਦੇ ਰਿਹਾ ਕਿ ਫੇਰੇ ਹੈ ਜੇ ਮੈਂ ਮਾੜਾ ਤੇ ਮੈਥੋ ਇਹ ਕਿਸੇ ਨਾਲ ਸਮਝੌਤਾ ਨਹੀਂ ਕੀਤਾ ਜਾਂਦਾ ਮੈਂ ਆਪਣੀ ਕੌਮੀਅਤ ਨੂੰ ਤੋੜ ਕੇ ਕਿਸੇ ਨਾਲ ਸਮਝੌਤਾ ਨਹੀਂ ਕਰਨਾ ਚਾਹੁੰਦਾ ਹਾਂ ਦਿਲ ਜੀਰੰਦੀ ਜੀ ਇੰਟਰਵਿਊ ਮੇਰੀ ਹੁਣ ਇਹਦੇ ਤੇ ਆਪਾਂ ਕਾਦੀ ਡਿਬੇਟ ਕਰਨੀ ਹੈ ਜੇ ਤੋਂ ਮੈਂ ਨਹੀਂ ਕਰਦਾ ਹੈਗਾ ਤੁਹਾਡੇ ਕਿਉਂਕਿ ਮਸਲੇ ਵੀ ਤੁਸੀਂ ਪੰਥਕ ਚ ਜਿਹੜੀਆਂ ਮੋਹਰੇ ਰੱਖਦੇ ਹੋ ਠੀਕ ਹੈ ਇੱਕ ਸਿੱਖ ਦਾ ਫਰਜ਼ ਵੀ ਹੈ ਜੀ ਪਰ ਅੱਜ ਤਾਂ ਸਾਡੇ ਸਾਡੇ ਲੋਕ ਵੀ ਤਾਂ ਜੀ ਲੋਕ ਇਹ ਸੁਣ ਕੇ ਨਹੀਂ ਪਸੰਦ ਲੋਕ ਇਹ ਸੁਣ ਕੇ ਪਸੰਦ ਹੈ ਵੀ ਕਿਹੜਾ ਲੀਡਰ ਕਿੰਨੇ ਕਿਲੋ ਆਟਾ ਦੇ ਰਿਹਾ ਸ਼ੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲਤਾ ਜੀ ਪਾਣੀ ਵਾਲੀ ਬਸ ਤੋਂ ਅੱਜ ਸਮੁੰਦਰੀ ਜਹਾਜ਼ਾਂ ਤੇ ਆ ਗਏ ਉਹ ਕਹਿੰਦੇ ਜੀ ਹੁਣ ਤਾਂ ਸਮੁੰਦਰੀ ਜਹਾਜ਼ ਵੀ ਚਲਾਵਾਂਗੇ ਆਪਾਂ ਤੇ ਲੋਕ ਨੂੰ ਇੰਜੋਏ ਕਰਦੇ ਆ ਜੀ ਜਿਹੜਾ ਲੀਡਰ ਹੁੰਦਾ ਨਾ ਉਹ ਇੱਕ ਸੋਚ ਨੂੰ ਅਭਾਰਤਾ ਹੈ ਉਹਦਾ ਕੰਮ ਨਹੀਂ ਹੈ ਦਾਲ ਦੂਲ ਦੇਣੀ ਹੁਣ ਇੰਦਰਾ ਗਾਂਧੀ ਨੇ 60 70 ਸਾਲ ਪਹਿਲਾਂ ਕਿਹਾ ਸੀਗਾ ਕਿ ਜੇ ਕਾਂਗਰਸ ਨੂੰ ਵੋਟਾਂ ਪਾਉਂਗੇ ਸਾਡੀ ਪਾਰਟੀ ਤੁਹਾਨੂੰ ਕੱਪੜਾ ਦਾਲ ਤੇ ਮਕਾਨ ਦੇਊਗੀ ਹੁਣ ਗਰੀਬਾਂ ਦੇ ਮਕਾਨ ਤਾਂ ਅੱਜ ਵੀ ਆ 7 ਦਿਨ ਪਹਿਲਾਂ 20 ਪਏ ਐ ਤੇ ਗਰੀਬਾਂ ਦੇ ਤਾਂ ਛੱਤਾਂ ਛੁਈ ਜਾਂਦੀਆਂ ਇੱਕੋ ਹੀ ਉਹਨਾਂ ਦੇ ਕੋਲੇ ਕਮਰਾ ਹੈਗਾ ਉਹਨਾਂ ਦੇ ਵਿੱਚੀ ਉਹਨਾਂ ਦਾ ਮੁੰਡਾ ਤੇ ਉਹਨਾਂ ਦੀ ਨੂੰਹ ਹੁੰਦੇ ਐ ਜੇ ਉਹਨਾਂ ਦੀ ਧੀ ਤੇ ਜਵਾਈ ਆ ਜੇ ਉਹੀ ਕਮਰੇ 'ਚ ਉਹ ਪਾਲ ਲੈਂਦੇ ਐ ਆਪ ਵੀ ਉੱਥੇ ਪੈਂਦੇ ਐ ਜੇ ਪਾੜਾ ਹੋ ਜੇ ਮੱਜ ਨੂੰ ਵੀ ਉਸੇ ਕਮਰੇ ਦੇ ਵਿੱਚ ਰੱਖਦੇ ਐ ਫਿਰ ਆ ਕੋਈ ਜ਼ਿੰਦਗੀ ਐ ਜਾਂ ਇਹ ਜਿਹੜਾ ਇਹ ਇਹ ਕਹਿੰਦੇ ਤੁਸੀਂ ਕਹਿੰਦੇ ਹੋ ਦਾਲ ਦੀ ਤਾਰੀਫ ਕਰਦੇ ਹੋ ਸੁਖਬੀਰ ਦੇ ਪਾਣੀ ਦੀ ਤਾਰੀਫ ਕਰਦੇ ਹੋ ਆ ਝੂਠੇ ਵਹਿਦੇ ਕਰਨੇ ਵਾਜਬ ਹੈ ਹੁਣ ਦੇਖੋ ਕਿੰਦੀ ਇਹ ਗਰੀਬਾ ਵੀ ਨੇ ਸਾਡੇ ਕੋਲੇ ਤੇ ਉਹਨਾਂ ਦੀ ਨੇਉਂ ਤੇ ਪੁੱਤ ਵੀ ਉਸੇ ਕਮਿਊਨਿਟੀਸ ਹੁੰਦਾ ਹੈ ਉਹਨਾਂ ਦੀ ਧੀ ਤੇ ਜਵਾਈ ਵੀ ਉਸੇ ਕਮਿਊਨਿਟੀਸ ਹੁੰਦਾ ਆਪ ਵੀ ਹੁੰਦੇ ਹੈ ਤੇ ਉਹਨਾਂ ਦੀ ਮਈ ਵੀ ਉੱਥੇ ਹੀ ਹੁੰਦੀ ਹੈ ਤੇ ਸਵੇਰੇ ਉਹ ਵਿਚਾਰੀਆਂ ਬੀਬੀਆਂ ਐ ਮੋਢੇ ਦੇ ਉੱਤੇ ਆਪਣਾ ਕੱਪੜਾ ਪਾ ਲੈਂਦੀਆਂ ਤੇ ਬਾਹਰ ਜਾਂਦੀਆਂ ਤੇ ਕਿਤੋਂ ਨਾ ਕਿਤੋਂ ਛੋਟਾ ਮੋਟਾ ਨਿੱਕਾ ਪੱਠਾ ਦੇਖ ਕੇ ਉਹ 12 1 ਵਜੇ ਨੂੰ ਮੁਰਦੀਆਂ ਤੇ ਫੇਰ ਇਹ ਫੇਰ 2 ਵਜੇ ਫੇਰ ਬਾਹਰ ਨਿਕਲ ਜਾਂਦੀਆਂ ਵਿਚਾਰੀਆਂ ਫੇਰ ਉਹਨਾਂ ਦੇ ਮੋਢੇ ਦੇ ਉੱਤੇ ਉਹ ਕਪੜਾ ਪਾਇਆ ਹੁੰਦਾ ਫੇਰ ਨਿੱਕ ਸੋਕ ਤਿਲ ਕੋਈ ਛੋਟੀ ਮੋਟੀ ਲੱਕੜ ਕੋਈ ਥੀਲਾ ਇਕੱਠਾ ਕਰਕੇ ਸਿਰ ਤੇ ਲੱਦ ਕੇ ਲੈ ਕੇ ਆਉਂਦੀਆਂ ਉਹ ਤੁਸੀਂ ਕਦੇ ਨਹੀਂ ਦੇਖਿਆ ਜਿਹੜੇ ਬਿਰਧ 70 70 ਸਾਲਾਂ ਦੇ ਸਾਡੇ ਬੰਦੇ ਦਗਰੀਬ ਉਹ ਰਿਕਸ਼ਾ ਚਲਾ ਰਹੇ ਐ ਮੋٹے ਮੋٹے ਤਖੜੇ ਬੰਦੇ ਉਹਦੇ ਉੱਤੇ ਬੈਠੇ ਹੁੰਦੇ ਐ ਇਹ ਚੀਜ਼ਾਂ ਕਦੇ ਨਹੀਂ ਤੁਸੀਂ ਦੇਖੀਆਂ ਤੁਸੀਂ ਅਕਸਰ ਪ੍ਰੈਸੋਂ ਇਹ ਚੀਜ਼ਾਂ ਤਾਂ ਦੱਸ ਰਹੀਆਂ ਰਹਿੰਦੀਆਂ ਲੋਕਾਂ ਨੂੰ ਕੀ ਹਾਲ ਸਾਡਾ ਕੀ ਐ ਬਿਲਕੁਲ ਦਾ ਅਸੀਂ ਦੱਸਦੇ ਆਂ ਜੀ ਬਿਲਕੁਲ ਨਹੀਂ ਅਸੀਂ ਦੇ ਦੱਸਦੇ ਆਂ ਜੀ ਬਿਲਕੁਲ ਜੀ ਕਦੇ ਆਹ ਜਿਹੜੀ ਪੰਡਕ ਪੰਡ ਨਿੱਕ ਸੁੱਖ ਦੀ ਸਿਰ ਤੇ ਰੱਖੀ ਹੁੰਦੀ ਐ ਜਿਹੜੇ ਲੱਕੜਾਂ ਥੀਲੇ ਥੁੱਲੇ ਇਕੱਠੀਆਂ ਕਰਦੇ ਐ ਜਿਹੜਾ ਤੁਸੀਂ ਨੋ ਤੇ ਇਹ ਮੁੰਡਾ ਉਸੇ ਕਮਿਊਨਿਟੀਸ ਹੁੰਦਾ ਹੈ ਜਿਹੜਾ ਜੁਬਾਈ ਤੇ ਧੀਓਸੇ ਕਮਿਊਨਿਟੀਸ ਹੁੰਦੀ ਹੈ ਜਿਹੜਾ ਪਾਲੇ ਉਹ ਉਸੇ ਕਮਿਊਨਿਟੀ ਇਹ ਕਦੇ ਦੱਸਿਆ ਸੱਚੀ ਮੈਂ ਕਹਿੰਦਾ ਜੀ ਆ ਲੋਕਾਂ ਨੂੰ ਪੁੱਛ ਲਓ ਜੀ ਮੈਂ ਇੱਥੇ ਬੈਠਾ ਜੀ ਮੈਂ ਤਾਂ ਇਹ ਦੱਸ ਦੇਣਗੇ ਬਾਈ ਜੀ ਦਿਖਾਇਆ ਜਾਂ ਨਹੀਂ ਦਿਖਾਇਆ ਹਾਂਜੀ ਹਾਂ ਦਿਖਾਉਣੇ ਮੈਂ ਦਿਖਾ ਜਾਂਦਾ ਜੀ ਅਸੀਂ ਤਾਂ ਇਹ ਦਿਖਾਉਂਦੇ ਆ ਜੀ ਦੇਖੋ ਜੀ ਸਾਰੇ ਅਸੀਂ ਉਹ ਨਹੀਂ ਹੈਗੇ ਜੀ ਅਸੀਂ ਤਾਂ ਸੁ ਖੁਦ ਕਹਿੰਦੇ ਆ ਜੀ ਅਸੀਂ ਮਾਨ ਸਾਹਿਬ ਐਸੇ ਕਰਕੇ ਆਏ ਆ ਵੀ ਤੁਸੀਂ ਇੰਨਾ ਸੱਚ ਬੋਲ ਲੈਂਦੇ ਹੋ ਕਿਤੇ ਸੱਚ ਹੀ ਤੁਹਾਨੂੰ ਤੁਸੀਂ ਕਹਿੰਦੇ ਮੈਨੂੰ ਵੋਟਾਂ ਨਹੀਂ ਪਾਉਂਦੇ ਲੋਕ ਕਿਤੇ ਤੁਹਾਡਾ ਸੱਚ ਹੀ ਤੁਹਾਨੂੰ ਵੋਟਾਂ ਨਾ ਪਉਣ ਦਾ ਕਾਰਨ ਤਾਂ ਨਹੀਂ ਬਣਿਆ ਹੋਇਆ ਜੀ ਆਹ ਜਿਹੜੀ ਗੱਲ ਕਹਿੰਦੇ ਨੇ ਮੈਨੂੰ ਲੋਕ ਵੋਟਾਂ ਨਹੀਂ ਪਾਉਂਦੇ ਇਹ ਦਿਨ ਨੂੰ ਗੱਲ ਅੱਜ ਦੀ ਫੇਰੇ ਪਤਾ ਨਹੀਂ ਕੀ ਹੋਇਆ ਮੈਂ ਕਦੀ ਨਹੀਂ ਸਿਮਰ ਜੀ ਸਿਮਰ ਜੀ ਸਿੰਘ ਮਾਨ ਜੀ ਨੂੰ ਕਦੀ ਨਹੀਂ ਸੁਣਿਆ ਆਹ ਮੈਂ ਛੋਟੀ ਜੀ ਕਲਿੱਪ ਵੇਖੀ ਮੈਂ ਅਸਟਮੈਸਟ ਜਰੂਰ ਵੀਡੀਓ ਬਣਾਉਂਗਾ ਯਾਰ ਮੇਰਾ ਦਿਲ ਭਰਤਾ ਯਾਰ ਉਸ ਵੀ ਛੋਟੀ ਜੀ ਵੀਡੀਓ ਨੇ ਮਤਲਬ ਜਿਹੜਾ ਬੰਦਾ ਆਟੇ ਦਾਲ ਤੋਂ ਬਾਹਰ ਆ ਕੇ ਗੱਲ ਕਰੰਦੇ ਅਸੀਂ ਉਹਦੀ ਸਪੋਰਟ ਹੀ ਨਹੀਂ ਕਰਦੇ ਅਸੀਂ 1000 2000 ਰੁਪਇਆ ਮਹੀਨਾ ਪੈਨਸ਼ਨ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ ਜੋ ਸਾਨੂੰ ਲਾਲਚ ਦਿੰਦੇ ਆ ਜਿਹੜਾ ਬੰਦਾ ਲਾਲਚ ਨਹੀਂ ਦਿੰਦਾ ਆਪਣੇ ਸਟੈਂਡ ਤੇ ਖੜਾ ਸੋ ਉਸ ਦਾ ਸਾਥ ਨਹੀਂ ਦਿੰਦੇ ਇਸ ਪਤਾ ਨਹੀਂ ਯਾਰ ਜਮ ਪਤਾ ਨਹੀਂ ਮੈਨੂੰ ਤਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਮਗਰ ਮੇਰੇ ਅਜਵਾਸ ਤੋਂ ਬਾਹਰ ਸੀ ਇਹ ਚੀਜ਼ ਮੈਂ ਤਾਂ ਇਸ ਚੀਜ਼ ਤੇ ਆਜ ਬੋਲਣ ਤੇ ਆਂ ਉਹ ਬਹੁਤ ਬੁਰਾ ਲਿਆ ਯਾਰ ਜੀ ਤੁਹਾਨੂੰ ਜੇ ਤੁਹਾਡਾ ਇਹੀ ਐਨਾਲਿਸਿਸ ਹੈ ਇਨੀ ਜਰਨਲਿਜ਼ਮ ਕਰਨ ਦੇ ਲਈ ਤੁਸੀਂ ਇਹੀ ਕਹਿਣਾ ਮੈਨੂੰ ਤੇ ਗਾਂਧੀ ਤੇ ਨਹਿਰੂ ਆਪਣੀ ਸੋਚ ਤੇ ਖੜੇ ਨਹੀਂ ਸੀ ਰਹੇ ਜਿਹੜਾ ਆਪਣੀ ਸੋਚ ਤੇ ਨਹੀਂ ਸੀ ਖੜੇ ਰਹਾ ਤੇ ਫੇਰ ਜੇ ਉਹ ਕੌਮਾ ਖੜੀਆਂ ਨਹੀਂ ਹੈ ਤੇ ਤੁਹਾਨੂੰ ਮਾਰਾ ਲੱਗਦਾ ਤੁਹਾਡੀ ਕੌਮ ਦਾ ਬੰਦਾ ਇੱਕੋ ਇਸ ਤਰ੍ਹਾਂ ਖੜ ਗਿਆ ਇੱਕ ਮੈਂ ਅੱਜ ਤੋਂ ਨਾਲੇ ਟਾਡੇ ਸੱਚੀ ਗੱਲ ਕਹਿੰਦੇ ਆ ਬਿਲਕੁਲ ਸਵਾਲ ਤਾਂ ਜਾਇਜ਼ ਹੈ ਜੀ ਤੁਹਾਡਾ ਤੇ ਇਹ ਇਹ ਲੋਕਾਂ ਨੂੰ ਵੀ ਹੁਣ ਸੋਚਣਾ ਚਾਹੀਦਾ ਪਰ ਜੇ ਅਮਰਗੜ ਤੋਂ ਜਿਵੇਂ ਹੁਣ ਬਹੁਤ ਜਿਹੜਾ ਤੁਹਾਡਾ ਇੱਥੇ ਸਮਰਥਨ ਦੇ ਰਹੇ ਨੇ ਲੋਕ ਤੁਸੀਂ ਜਿੱਤ ਜਾਂਦੇ ਹੋ ਜੀ ਤਾਂ ਅਮਰਗੜ ਹਲਕੇ ਤੋਂ ਫਿਰ ਪੰਜਾਬ ਨੂੰ ਕੀ ਮੈਸੇਜ ਆਊਗਾ ਜੀ ਵਿਧਾਨ ਸਭਾ ਦੇ ਵਿੱਚ ਕਿਵੇਂ ਦੇ ਮੁੱਦੇ ਉਠਾਏ ਜਾਂਦੇ ਜਿਹੜਾ ਬਲੂ ਸਟਾਰ ਕਿਉਂ ਹੋਇਆ ਹੈ ਕਿ ਕਮਿਸ਼ਨ ਬੈਠੇ ਕਿੰਨੇ ਉਥੇ ਸ਼ਹੀਦ ਹੋਏ ਐ ਸਾਡੀ ਸਿੱਖ ਰੇਫਰੈਂਸ ਆ ਗੱਲ ਨਹੀਂ ਕੋਈ ਕਰਦਾ ਫੌਜ ਕਿਉਂ ਲੁੱਟ ਕੇ ਲੈ ਗਈ ਕੋਈ ਨਹੀਂ ਗੱਲ ਕਰਦਾ ਇਹ ਵਾਲੀ ਸਾਡੇ ਦਰਬਾਰ ਸਾਹਿਬ ਦਾ ਤੋਸ਼ਾਖਾਨਾ ਕਿਉਂ ਲੁੱਟ ਕੇ ਲੈ ਕੇ ਗਏ ਐ ਸਾਡੀ ਨੌਂ ਚਵੰਨੀ ਜਿਹੜੀ ਉੱਭਰ ਰਹੀ ਸੀ ਸੰਤ ਜਰਨੈਲ ਸਿੰਘ ਪਿੰਗੜਾ ਵਾਲਿਆਂ ਦੀ ਉਹਨਾਂ ਦਾ ਕਤਲੇਆਮ ਕਿਉਂ ਕਰ ਦਿੱਤਾ ਹੈਗਾ ਸੰਤ ਜਰਨੈਲ ਸਿੰਘ ਦਾ ਭੋਗ ਕਿੱਥੇ ਪਾਇਆ ਹੈ ਸੰਤ ਜਰਨੈਲ ਸਿੰਘ ਪਿੰਗੜਾ ਵਾਲੇ ਦੇ ਫੁੱਲ ਕਿੱਥੇ ਪਾਏ ਐ ਇਹਨਾਂ ਸਹੀ ਹਿੱਦਾਂ ਦੇ ਬਾਠ ਕਿੱਥੇ ਹੋਏ ਐ ਭੋਗ ਕਿੱਥੇ ਪਏ ਐ ਤੇ ਜਿਹੜਾ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਉਹ ਕਿਉਂ ਹੋਇਆ ਉਹਦਾ ਕਮਿਸ਼ਨ ਅਲੈਦਾ ਬਣੇ ਤੇ ਜਿਹੜੇ ਧਰਮੀ ਫੌਜੀ ਐ ਉਹਨਾਂ ਨੂੰ ਵੀ ਇਹ ਪੈਨਸ਼ਨਾਂ ਦਿੱਤੀਆਂ ਜਾਣ ਵਧ ਕੇ ਤੇ ਆਹ ਜਿਹੜੇ ਗਰੀਬਾਂ ਦੀ ਗੱਲ ਕੀਤੀ ਐ ਇੱਕ ਕਮਰੇ ਦੀ ਇਸ ਨੂੰ ਖਤਮ ਕੀਤਾ ਜਾਵੇ ਤੇ ਗਰੀਬਾਂ ਦੇ ਉੱਤੇ ਸਰਕਾਰ ਆਪਣਾ ਪੂਰਾ ਜ਼ੋਰ ਲਾਏ ਤੇ ਜਿਹੜੇ ਸਾਡੇ ਬਾਰਡਰ ਐ ਜੇ ਖੁਸ਼ਹਾਲੀ ਕਿਸਾਨ ਦੀ ਹੋਣੀ ਹੈ ਤਾਂ ਜਿੰਨਾਂ ਸਿਰ ਬਾਰਡਰ ਨਹੀਂ ਖੁੱਲਦੇ ਉਹਨਾਂ 'ਚ ਸਾਡੀ ਇੱਕ ਗੱਲ ਕਵਾਂ ਆ ਚੀਜ਼ਾਂ ਸੁਣ ਲਓ ਸਭ ਭੁੱਲ ਜਗੇ ਤੁਸੀਂ ਜਿਹੜੇ ਆ 1 1000 4 2 2000 ਤੇ ਵੋਟਾਂ ਪਾਉਂਦਾ ਇਹਨਾ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਿੰਕ ਮੈਂ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ Ориジナル ਦਾ ਜਾ ਕੇ ਉਹ ਵਾਲੀ ਵੀਡੀਓ ਸੈਂਡ ਕਰੋ ਇਹ ਨਹੀਂ ਕਿ ਤੁਸੀਂ ਮਿਰਰ ਮੈਂ ਜਿਹੜੀ ਵੀਡੀਓ ਬਣਾਈ ਹੈ ਸੈਂਡ ਕਰੋ ਨਾ ਤੁਸੀਂ Ориジナル ਵੀਡੀਓ ਜਾ ਕੇ ਸੈਂਡ ਕਰੋ ਉਹਨੂੰ ਸ਼ੇਅਰ ਕਰੋ ਵੱਧ ਤੋਂ ਵੱਧ ਮੈਂ ਤਾਂ ਵੇਖ ਰਿਹਾ ਵਾ ਅੱਜ ਮੈਨੂੰ ਪਾਵੇਂ ਸੋ ਬੰਦਾ ਹੀ ਵੇਖੇ ਮੈਨੂੰ ਉਹਦੀ ਨਹੀਂ ਪਰਵਾ ਇੱਕ ਸੱਚੇ ਬੰਦੇ ਦੀ ਅੱਜ ਮੈਂ ਇਹ ਮੈਂ ਤੂੰ ਬੋਲਣ ਆਸਤੇ ਸ਼ਬਦ ਹੀ ਨਹੀਂ ਹੈਗੇ ਯਾਰ ਇੰਨਾ ਮੈਂਦਰ ਅੱਜ ਇਹ ਗੱਲਾਂ ਵਾ ਇਹ ਗੱਲਾਂ ਪੰਜਾਬ ਨੂੰ ਤਰੱਕੀ ਦਵਾਉਂਦੀਆਂ ਦੇਖੋ ਮੈਂ ਜੁਪੀ ਦਾ ਰਹਿਣ ਵਾਲਾ ਆ ਮੈਂ ਸੱਚ ਕਹਿਣ ਦੇ ਆ ਮੈਂ ਜੁਪੀ ਚ ਰਹਿਣਾ ਮੇਰਾ ਚਨਵ ਜੁਪੀ ਦਾ ਮਗਰ ਫਿਰ ਵੀ ਇੱਕ ਪੰਜਾਬ ਦੇ ਨਾਂ ਤੇ ਸਾਨੂੰ ਇੱਕ ਜਿਹੜੀ ਖੁਸ਼ੀ ਹੁੰਦੀ ਆ ਨਾ ਉਹ ਸੀ ਦਿਲਾਂ ਚ ਰੱਖਦੇ ਆ ਕਿ ਯਾਰ ਸਾਡਾ ਪੰਜਾਬ ਹੈਗਾ ਅਸੀਂ ਮਾਣ ਕਰਦੇ ਹਾਂ ਉਸ ਪੰਜਾਬ ਤੇ ਉਸ ਪੰਜਾਬ ਤੇ ਪੰਜਾਬੀਅਤ ਕਰਕੇ ਅਸੀਂ ਅੱਜ ਯੂਪੀ ਦੇ ਵਿੱਚ ਰਾਜ ਕਰਦੇ ਆਂ ਕਾਦੇ ਸਿਰ ਤੇ ਉਸ ਪੰਜਾਬ ਦੇ ਸਿਰ ਤੇ ਪੰਜਾਬ ਦਾ ਨਾਂ ਲੈਦੀ ਨਾ ਤੇ ਇੱਕ ਵੱਖਰਾ ਜੋਸ਼ ਹੁੰਦਾ ਕਿ ਅਸੀਂ ਪੰਜਾਬ ਦੇ ਹਾਂ ਸਾਡਾ ਕਿਤੇ ਵਾਸ ਹੈਗਾ ਪੰਜਾਬ ਤੇ ਆ ਚੀਜ਼ਾਂ ਵਾ ਤਰੱਕੀ ਖੜਨ ਵਾਲੀਆਂ 100 ਰੁਪਈਆ 2 ਰੁਪਈਏ ਇਹ ਚੀਜ਼ਾਂ ਤਰੱਕੀ ਨਹੀਂ ਦੇ ਸਕਦੀਆਂ ਆਹ ਚੀਜ਼ਾਂ ਤਰੱਕੀ ਦੇ ਸਕਦੀਆਂ ਜਰੂਰ ਸੁਣੋ ਯਾਰ ਇਸ ਇੰਟਰਵਿਊ ਨੂੰ ਕੁਛ ਆ ਦੀਦੀ ਹੁੰਦੀ ਤੇ ਜਿਹੜੀ WTO ਹੈ ਉਸ ਨੇ ਸਾਰੇ ਮੁਲਕਾਂ ਦੇ ਦਸਖਤ ਕਰਾਏ ਐ ਕਿ ਤੁਸੀਂ ਆਪਣੇ ਆਪਣੇ ਬਾਰਡਰ ਖੋਲੋ ਜੇ ਬਾਰਡਰ ਸਾਡਾ ਪਾਕਿਸਤਾਨ ਦੇ ਨਾਲ ਖੁੱਲਦਾ ਸਾਡੇ ਕਿਸਾਨਾਂ ਦੀਆਂ ਜਿੰਸਾਂ ਬਾਹਰ ਮੰਡੀਆਂ ਦੇ ਵਿੱਚ ਵੇਖਣ ਗਿਆ ਸਾਡੇ ਜਿਹੜੇ ਖੇਤ ਮਜ਼ਦੂਰ ਹੈ ਉਹ ਵੀ ਫਲਣਗੇ ਤੇ ਜਿਹੜਾ ਸਾਡਾ ਇੱਕ ਕਿਤੇ ਟਰਾਂਸਪੋਰਟ ਸਾਡੀ ਬੇਰਜ਼ਗਾਰੀ ਨੌਂ ਚਵਨਾਂ ਦੀ ਖਤਮ ਹੋਊਗੀ ਉਹ ਟਰੱਕ ਜਾਣਗੇ ਟਰਾਂਸਪੋਰਟ ਜਾਣਗੇ ਈਰਾਨ ਰੂਸ ਤੱਕ ਚੀਨ ਤੱਕ ਤੇ ਮੇਰਾ ਮਤਲਬ ਹੈ ਕਿ ਇਹ ਸਾਰਾ ਕੁਝ ਤੇ ਜਿਹੜੇ ਸਾਡੇ ਵਪਾਰੀ ਐ ਲਾਲੇ ਬਾਣੀਆਂ ਉਹਨਾਂ ਨੂੰ ਤਾਂ ਬਹੁਤ ਮਨੋਮਾਲ ਹੋ ਜਾਣਗੇ ਸੋ ਇਹ ਸਾਰੀ ਅਦਲਾ ਕਰਾਂਗੇ ਉੱਥੇ ਜਾ ਕੇ ਬਹੁਤ ਸ਼ੁਕਰੀਆ ਗੱਲਬਾਤ ਕਰਨ ਲਈ ਮਿਹਰबानी ਜੀ ਤੁਹਾਡਾ ਸੋ ਏਸੀ ਸਿਮਰਨਜੀਤ ਸਿੰਘ ਮਾਨ ਜੀ ਜਿਨ੍ਹਾਂ ਦੇ ਵੱਲੋਂ ਆਪਣੇ ਵਿਚਾਰ ਦਿੱਤੇ ਗਏ ਨੇ ਔਰ ਕਿਹੜੇ ਕਿਹੜੇ ਮੁੱਦੇ ਹੁਣ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਲੈ ਕੇ ਜਾਣੇ ਨੇ ਜਿਕਰ ਇਥੋਂ ਜਿੱਤਦੇ ਨੇ ਪਰ ਹੁਣ 10 ਮਾਰਚ ਨੂੰ ਪਤਾ ਲੱਗੇਗਾ ਵੀ ਮਾਨ ਸਾਹਿਬ ਦੇ ਹੱਕ ਦੇ ਵਿੱਚ ਲੋਕ ਕਿੰਨਾ ਕੁ ਸਮਰਥਨ ਦਿੰਦੇ ਨੇ ਤੇ ਕਿੰਨੀਆਂ ਕੁ ਵੋਟਾਂ ਪਾਉਂਦੇ ਨੇ ਕਿ ਉਹਨਾਂ ਨੂੰ ਵਿਧਾਨ ਸਭਾ ਬਿਲਕੁਲ ਜ਼ਰੂਰ ਪਾਓ ਯਾਰ ਇਸ ਬੰਦੇ ਨੂੰ ਵਨਵਿੰਦਰ ਸਿੰਘ ਟਵਾਣਾ ਤੇ ਸਤਨਾਮ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨਲ ਹਲਕਾ ਅਮਰਗੜ ਹਾਂਜੀ ਏਸੀ ਜੀ ਇੰਟਰਵਿਊ ਸਿਮਰਨਜੀਤ ਸਿੰਘ ਮਾਨ ਜੀ ਦੀ ਨੇ ਸੱਚੀ ਮੇਰਾ ਦਿਲ ਪਰਤਾ ਇੱਕ ਤੇ ਜਦੋਂ ਉਹਦੀ ਆਪਾਂ ਦੀਪ ਸਿੱਧੂ ਮੇਰੇ ਦੀ ਗੱਲ ਸੁਣੀ ਉਦੋਂ ਦਾ ਦਿਲ ਬੜਾ ਭਰਿਆ ਉਸ ਤੋਂ ਬਾਅਦ ਮੇਰਾ ਕੋਈ ਵੀਡੀਓ ਬਣਾਉਣ ਨੂੰ ਜੇਲ ਨਹੀਂ ਕੀਤਾ ਤੇ ਅਚਾਨਕ ਹੀ ਮੈਂ ਫੇਸਬੁਕ ਯੂਜ਼ ਕਰ ਰਿਹਾ ਸੀ ਇੱਕ ਕਲੀਪ ਆ ਗਈ ਮੇਰੇ ਸਾਹਮਣੇ ਮੇਰਾ ਛੋਟੀ ਜਿਹੀ ਕਲੀਪ ਨੇ ਦਿਲ ਪਰਤਾ ਇੱਕ ਤੇ ਪਹਿਲਾਂ ਭਰਿਆ ਸੀ ਫਿਰ ਇੱਕ ਇਹ ਵੀਡੀਓ ਦੇ ਕਲਿੱਪ ਪਾਰਤੀ ਕਿ ਇੱਕ ਬੰਦਾ ਜਿਹੜਾ ਸਾਡੇ ਹੱਕਾਂ ਪਰਤੀ ਲੜਨਾ ਚਾਹੁੰਦਾ ਵਾ ਅਸੀਂ ਉਹਨੂੰ ਜਿਤਾਉਂਦੇ ਹੀ ਨਹੀਂ ਅਸੀਂ ਉਹਨੂੰ ਜਿਤਾਉਂਨੇ ਆ ਜਿਹੜਾ ਸਾਨੂੰ ਲਾਲਚ ਦਿੰਦਾ ਵਾ ਜਿਹੜਾ ਸਾਨੂੰ ਸਕੀਮਾਂ ਦਿੰਦਾ ਵਾ ਜਿਹੜਾ ਸਾਡੇ 2000 1000 ਪੈਨਸ਼ਨ ਲੋਂਦਾ ਜਿਹੜਾ ਬੰਦਾ ਪੂਰੇ ਪੰਜਾਬ ਦੀ ਗੱਲ ਕਰਨਾ ਚਾਹੁੰਦਾ ਅਸੀਂ ਉਹਨੂੰ ਤੇ ਜਿਤਾਉਂਦੇ ਹੀ ਨਹੀਂ ਅਸੀਂ ਉਹਨੂੰ ਤੇ ਵੋਟ ਹੀ ਨਹੀਂ ਪਾਉਂਦੇ ਅਸੀਂ ਤਾਂ ਉਹਨੂੰ ਹਰਾ ਦਿੰਨੇ ਉਹ ਬੰਦੇ ਦੇ ਇੱਕ ਤੁਸੀਂ ਬੋਲ ਸੁਣੋ ਜਿਹੜਾ ਸੰਤ ਸੱਚੀ ਜਿਹੜਾ ਸੰਤ ਗਿਆਨੀ ਜਰਨਲਿਸਟ ਦੀ ਅਰਦੀ ਸੋਚ ਰੱਖਦਾ ਨਾ ਉਹ ਸਿਮਰਜੀਤ ਸਿੰਘ ਦੀ ਮਾਨ ਆ ਜਰੂਰ ਵੋਟ ਪਾਓ ਯਾਰ ਇਹਨਾਂ ਨੂੰ ਜਰੂਰ ਸੀਰੀਅਸਲੀ ਗੱਲ ਕਰਦਾ ਕਤਈ ਨਹੀਂ ਮੈਨਾਂ ਨੂੰ ਸੁਣਿਆ ਇਹ ਅਕਾਲ ਦੀਆਂ ਇਹਨਾਂ ਦੇ 2-4 ਵੀਡੀਓ ਦੇਖੀਆਂ ਫਿਰ ਇਹਨਾਂ ਦੇ ਮੁੱਦੇ ਦੇਖੇ ਫਿਰ ਉਸ ਤੋਂ ਬਾਅਦ ਆ ਵੀਡੀਓ ਦੇਖੀ ਯਾਰ ਜਿਨ੍ਹਾਂ ਮੇਰਾ ਸੱਚੀ ਦਿਲ ਵਰਉਂ ਦਿੱਤਾ ਯਾਰ ਇਹ ਹੈ ਇੱਕ ਸੱਚਾ ਇਨਸਾਨ ਦਿਲੋਂ ਜਿਹੜੇ ਇਹਨਾਂ ਸ਼ੁਰੂ ਤੋਂ ਜਾਣਦੇ ਆ ਨਾ ਉਹ ਇਹਨਾਂ ਨੂੰ ਇਹਨੇ ਵੋਟ ਪਾਉਂਦੇ ਮੈਂ ਕਈ ਬਜ਼ੁਰਗ ਸੁਣੇ ਯਾਰ ਅਸੀਂ ਤਾਂ ਉਹਨੂੰ ਵੋਟ ਪਾਉਣੀ ਹੈ ਮੈਂ ਸੋਦਾ ਹੀ ਕਿਉਂ ਮਗਰ ਅੱਜ ਉਹਦਾ ਅਸਲੀ ਕਾਰਨ ਅੱਜ ਪਤਾ ਲੱਗਾ ਇੱਕ ਸੱਚਾ ਇਨਸਾਨ ਹੈ ਦਿਲ ਦੀ ਸੱਚਾਈ ਗੱਲ ਦੱਸਤੀ ਮੈਨੂੰ ਜਦੋਂ ਕਹਿੰਦਾ ਫੈਸਲਾ ਉਦੋਂ ਵੇਖਾਂਗੇ ਮੈਨੂੰ ਤਾਂ ਕੋਈ ਵੋਟ ਹੀ ਨਹੀਂ ਪਉਂਦਾ ਸੋਚੋ ਯਾਰ ਕਿੱਡੀ ਬੇਸ਼ਰਮੀ ਦੀ ਗੱਲ ਆ ਸਾਡੇ ਵਾਸਤੇ ਜਿਹੜਾ ਸਾਡੇ ਹੱਕਾਂ ਪ੍ਰਤੀ ਲੜਨਾ ਚਾਹੁੰਦਾ ਸੀ ਉਹਨੂੰ ਤੇ ਵੋਟ ਪਾ ਕੇ ਜਿਤਾਉਂਦੇ ਹੀ ਨਹੀਂ ਅਸੀਂ ਤਾਂ ਦੂਜਿਆਂ ਦੇ ਮਗਰ ਲੱਗੇ ਸਕੀਮਾਂ ਵਾਲੇ ਦੇ ਮਗਰ ਜੇ ਵੀਡੀਓ ਵਧੀਆ ਲੱਗੇ ਹੋਵੇ ਤੇ ਲਿੰਕ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੈ ओरिजिनल ਵੀਡੀਓ ਦਾ ਤੇ ਉਹ ਜਾ ਕੇ ਜਰੂਰ ਸ਼ੇਅਰ ਕਰਿਓ ਮੇਰੀ ਵੀਡੀਓ ਭਾਵੇਂ ਤੁਸੀਂ ਸ਼ੇਅਰ ਕਰਿਓ ਲਾਈਕ ਕਰਿਓ ਜਾਂ ਨਾ ਕਰਿਓ ਮੈਨੂੰ ਕੋਈ ਲੋੜ ਨਹੀਂ ਹੈ ओरिजिनल ਵੀਡੀਓ ਜਾ ਕੇ ਜਰੂਰ ਸ਼ੇਅਰ ਕਰੋ ਲਿੰਕ ਡਿਸਕ੍ਰਿਪਸ਼ਨ ਵਿੱਚ ਹੈ ਮਿਲਾਂਗੇ ਜਲਦੀ ਹੀ ਨੈਕਸਟ ਵੀਡੀਓ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ